ਪੰਜਾਬ ਬਾਣੀ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਸ਼ ਨਿਕਲਾਨੀ ਵੱਲੋਂ ਚੰਗੀਆਂ ਸੇਵਾਵਾਂ ਦੇਣ ਵਾਲੇ ਦਰਜਾ 4 ਕਰਮਚਾਰੀਆਂ ਦਾ ਸਨਮਾਨ। ਝੋਨੇ ਦੀ ਪਰਾਲੀ ਖੇਤ 'ਚ ਵਾਹੁਣ ਵਾਲੇ ਅਗਾਂਹ ਵਧੂ ਸਫਲ ਕਿਸਾਨ ਦੀ ਕਹਾਣੀ। ਗੌਤਮ ਰਾਏ ਘੋੜੇਲਾ ਬਣਿਆ ਹੋਰਨਾਂ ਲਈ ਰਾਹ ਦਸੇਰਾ। ਮੇਰਾ ਕਚਰਾ ਮੇਰੀ ਜ਼ਿੰਮੇਵਾਰੀ ਮੁਹਿੰਮ ਤਹਿਤ ਨਗਰ ਪੰਚਾਇਤ ਮੁਦਕੀ ਨੇ ਮੁਫ਼ਤ ਵੰਡੀ ਜੈਵਿਕ ਖਾਦ। ਗੱਟੀ ਰਾਜੋ ਕੇ ਸਕੂਲ 'ਚ ਸਮਾਰਟਫੋਨ ਅਤੇ ਵਰਦੀ ਵੰਡ ਸਮਾਗਮ ਆਯੋਜਿਤ। 15 ਅਕਤੂਬਰ ਤੋਂ ਸਕੂਲ ਅਤੇ ਕੋਚਿੰਗ ਸੰਸਥਾਵਾਂ ਖੋਲ੍ਹਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ। ਸਹਾਇਕ ਕਮਿਸ਼ਨਰ ਸਰਦਾਰ ਕੰਵਰਜੀਤ ਸਿੰਘ ਨੇ ਕੋਰਟ ਕੇਸਾਂ ਲਈ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਸੰਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ। ਕੈਪਟਨ ਨੇ ਬੁਲਾਈ ਕੈਬਨਿਟ ਮੀਟਿੰਗ। ਖੇਤੀ ਕਾਨੂੰਨਾਂ 'ਤੇ ਹੋ ਸਕਦਾ ਵੱਡਾ ਫੈਸਲਾ। ਪੰਜਾਬ 'ਚ ਸਕੂਲ ਖੋਲ੍ਹਣ ਦੀ ਮਨਜ਼ੂਰੀ, ਸਰਕਾਰ ਨੇ ਰੱਖੀਆਂ ਸ਼ਰਤਾਂ। ਬੰਗਲਾਦੇਸ਼ ਤੋਂ ਵੀ ਪਛੜਨ ਲੱਗਿਆ ਭਾਰਤ, ਹੋਸ਼ ਉਡਾ ਦੇਣ ਵਾਲੇ ਅੰਕੜੇ ਆਏ ਸਾਹਮਣੇ। ਕੈਰੀ ਬੈਗ ਲਈ 7 ਰੁਪਏ ਲੈਣੇ ਰਿਲਾਇੰਸ ਸਟੋਰ ਨੂੰ ਪਏ ਮਹਿੰਗੇ, ਚੁੱਕਿਆ ਜੁਰਮਾਨਾ।